ਤੇ ਕਿਦਾਂ ਦੋਸਤੋ ਹੋਪ ਕਰਦਾ ਤੁਸਾਰੇ ਵਧੀਆ ਹੋਗੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਵੇਰ ਦੀ ਸੋਸ਼ਲ ਮੀਡੀਆ ਤੇ ਇੱਕ ਖਬਰ ਬੜੀ ਵਾਇਰਲ ਜਾ ਰਹੀ ਹੈ ਕਿ ਸਿੱਧੂ ਮੂਸੇ ਵਾਲੇ ਨੂੰ ਤੇ ਕਰਨ ਔਜਲਾ ਨੂੰ ਜੌਨ ਸਿਨਾ ਨੇ ਫਾਲੋ ਕਰ ਲਿਆ ਪਹਿਲੇ ਤਾਂ ਮੈਂ ਵੀ ਇਹ ਖਬਰ ਨੂੰ ਫੇਕ ਸਮਝ ਰਿਹਾ ਸੀ ਇਹਦੇ ਬਾਰੇ ਮੈਂ ਰਿਸਰਚ ਵੀ ਕੀਤੀ ਕਿਉਂਕਿ ਜੌਨ ਸਿਨਾ ਨੇ ਫਾਲੋ ਬੜੇ ਜ਼ਿਆਦਾ ਬੰਦਿਆਂ ਨੂੰ ਕੀਤਾ ਹੈ ਟਵਿੱਟਰ ਤੇ ਕਿਉਂਕਿ ਫਾਲੋ ਵਿੱਚ ਜਾ ਕੇ ਸਰਚ ਦਾ ਆਪਸ਼ਨ ਵੀ ਨਹੀਂ ਹੈਗਾ ਲੇਕਿਨ ਅਗਰ ਤੁਸੀਂ ਜੌਨ ਸਿਨਾ ਨੂੰ ਤੇ ਸਿੱਧੂ ਨੂੰ ਇਕੱਠਿਆਂ ਫਾਲੋ ਕਰੋਗੇ ਤਾਂ ਤੁਹਾਨੂੰ ਸੱਜੇ ਸ਼ੋਅ ਹੋਣ ਲੱਗ ਜਾਏਗਾ ਜਿਵੇਂ ਮਿਊਚੁਅਲ ਫਰੈਂਡਸ ਤੇ ਮਿਊਚੁਅਲ ਫਾਲ ਲਵੀ ਟਵਿੱਟਰ ਤੇ ਨਾ ਐਕਟਿਵ ਨਹੀਂ ਹੈਗਾ ਔਜਲਾ ਕ੍ਰਿਪਸ ਨਾਮੇ ਫੈਨ ਪੇਜ ਨੂੰ ਵੀ ਜੌਨ ਸੀਨਾ ਨੇ ਫਾਲੋ ਕੀਤਾ ਹੈ ਬਹੁਤ ਵੱਡੀ ਗੱਲ ਹੈ ਬੋਸ ਜੀ ਜਿਵੇਂ ਬ੍ਰੇਕ ਨੇ ਸਿੱਧੂ ਨੂੰ ਫਾਲੋ ਕੀਤਾ ਸੀ ਸਿੱਧੂ ਜ਼ਿੰਦਾ ਹੁੰਦਾ ਉਹਨੇ ਵਾਕਈ ਬਹੁਤ ਖੁਸ਼ ਹੋਣਾ ਸੀ ਤੋਂ ਦੇ ਫੈਨ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਬਾਕੀ 21 ਨੇ ਵੀ ਫੋਰਨਾਈਟਸ ਦਾ ਕਾਨਸਰਟ ਕੀਤਾ ਸੀ ਜਿੰਦਾ ਚੱਕੇ ਉਮੀਦ ਕੀਤੀ ਜਾ ਰਹੀ ਸੀ ਕਰਨ ਹੋਜਾ ਦੀ ਐਲਬਮ ਦਾ ਸਨੀਪਟ ਹੋਏਗਾ ਲੇਕਿਨ ਸਨੀਪਟ ਤਾਂ ਨਹੀਂ ਆਇਆ ਪਰ 21 ਨੇ ਸਿੱਧੂ ਮੂਸੇਵਾਲੇ ਨੂੰ ਟ੍ਰਿਬਿਊਟ ਜ਼ਰੂਰ ਦਿੱਤਾ ਦਾ ਬੰਬੀਹਾ ਬੋਲੇ ਗਾਣਾ ਲਾ ਕੇ ਜਿੰਦਾ ਕਿ ਮਿਊਜ਼ਿਕ ਕੁਵਿੰਦਰ ਸਿੰਘ 21 ਨੇ ਹੀ ਕੀਤਾ ਸਿੰਘ ਨੇ ਵੀ ਸਿੱਧੂ ਮੂਸੇ ਵਾਲੇ ਨੂੰ ਰੀਅਲ ਡੀਐਚਐਚ ਕਿੰਗ ਸਾਬਤ ਕਰਦਾ ਬਲਕਿ ਉਹ ਸਾਬਤ ਕਰੇ ਨਾ ਕਰੇ ਸਿੱਧੂ ਡੀਅਲ ਡੀਐਚਐਚ ਕਿੰਗ ਹੈਗਾ ਹੀ ਸੀ ਉਹਨੇ ਵੀ ਇਹ ਗੱਲ ਕਨਫਰਮ ਕੀਤੀ ਸੀ ਕਿ ਔਜਲਾ ਤੇ ਸਿੱਧੂ ਜੋ ਕਰ ਰਹੇ ਨੇ ਉਹ ਅਸਲੀ ਦੇਸੀ ਹਿਪ ਹੌਪ ਹੈਗਾ ਦੇਸੀ ਹਿਪ ਹੌਪ ਇਜ਼ ਐਕਚੁਅਲੀ ਵਾਟ ਦੇ ਆਰ ਡੂਇੰਗ ਸਿੱਧੂ ਪਾਜੀ ਕਰਨ ਜੋ ਕਰ ਰਹੇ ਨੇ ਅਦਰ ਰੈਪਰ ਜੋ ਕਰ ਰਹੇ ਨੇ ਉਹ ਹਿੰਦੀ ਵਰਸ ਕਰ ਰਹੇ ਨੇ ਰੈਪਰਸ ਆਰ ਫਾਈਟਿੰਗ ਮੈਂ ਕਰਦਾ ਹਾਂ ਦੇਸੀ ਪੌਪ ਥਿਸ ਇਜ਼ ਨਾਟ ਦੇਸੀ ਪੌਪ ਥਿਸ ਇਜ਼ ਰੈਪ ਇਨ ਹਿੰਦੀ